ਹਰ ਹਫ਼ਤੇ ਦੀ ਤਰ੍ਹਾਂ ਇਨਫੋਕਸ ਪ੍ਰੋਗਰਾਮ ਲੈ ਕੇ ਅਮਰ ਸਿੰਘ ਭੁੱਲਰ ਹਾਜ਼ਰ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਦੇ ਜੋ ਹਿੰਦੂ ਅਤੇ ਸਿੱਖਾਂ ਦੇ ਬਾਰੇ 'ਚ। ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ 1990 ਦੇ ਵਿੱਚ ਲਗਭਗ 2.5 ਲੱਖ ਦੇ ਕਰੀਬ ਉੱਥੇ ਹਿੰਦੂ ਅਤੇ ਸਿੱਖ ਰਹਿੰਦੇ ਸੀ। ਜਦੋਂ ਰਸ਼ੀਆ ਅਫਗਾਨਿਸਤਾਨ ਨੂੰ ਛੱਡ ਕੇ ਚਲਿਆ ਗਿਆ ਤਾਂ ਉਸ ਤੋਂ ਬਾਅਦ ਤਾਲਿਬਾਨਾਂ ਦੇ ਜੁਰਮਾਂ ਦੇ ਸਤਾਏ ਹੋਏ ਬਹੁਤ ਸਾਰੇ ਉੱਥੋਂ ਸਿੱਖ ਜਿਹੜੇ ਸੀ ਉਹ ਜਾਣੇ ਸ਼ੁਰੂ ਹੋ ਗਏ ਅਤੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਪਰਿਵਾਰ ਸੀ ਉਹ ਸਾਡੇ ਕੈਲਗਰੀ ਦੇ ਮਰਹੂਮ MPP ਮਨਮੀਤ ਸਿੰਘ ਭੁੱਲਰ ਅਤੇ ਉਹਨਾਂ ਨੇ ਕੋਸ਼ਿਸ਼ ਕੀਤੀ ਉਹਨਾਂ ਦੇ ਜਿਹੜੇ ਪਰਿਵਾਰ ਵੱਸਦੇ ਸੀ ਉਹਨਾਂ ਨੂੰ ਹਿੰਦੂ ਅਤੇ ਸਿੱਖਾਂ ਨੂੰ ਬਹੁਤ ਸਾਰਿਆਂ ਨੂੰ ਦਿੱਲੀ ਦੇ ਵਿੱਚ ਉਹਨਾਂ ਨੇ ਲਿਆਂਦਾ ਜਿੱਥੇ ਲਿਆ ਕੇ ਉਹਨਾਂ ਨੂੰ ਕੈਨੇਡਾ ਲਿਆਉਣ ਲਈ ਉਹਨਾਂ ਨੇ ਯਤਨ ਆਰੰਭੇ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਉਹਨਾਂ ਦੀ ਥੋੜ੍ਹੇ ਸਮੇਂ ਦੇ ਅੰਦਰ ਹੀ 2015 ਦੇ ਵਿੱਚ ਅਗਸਤ 'ਚ ਉਹਨਾਂ ਨੇ ਸ਼ੁਰੂ ਕੀਤੀ ਸੀ ਆਪਣੀ ਇਹ ਮੁਹਿੰਮ ਪਰ ਨਵੰਬਰ 2000 ਦੇ ਵਿੱਚ ਉਹਨਾਂ ਦੀ ਜਿਹੜੀ ਆ ਉਹ ਡੈਥ ਹੋ ਗਈ ਅਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਜਥੇਬੰਦੀਆਂ ਨੇ ਮਿਲ ਕੇ ਜਿਨ੍ਹਾਂ ਦੇ ਵਿੱਚੋਂ WSO ਵੀ ਇੱਕ ਸੀ ਅਤੇ ਉਹਨਾਂ ਨੇ ਇੱਕ ਮਨਮੀਤ ਸਿੰਘ ਭੁੱਲਰ ਦੇ ਨਾਂ 'ਤੇ ਫਾਊਂਡੇਸ਼ਨ ਕਾਇਮ ਕੀਤੀ ਤਾਂ ਕਿ ਉਹਨਾਂ ਦੇ ਅਧੂਰੇ ਕੰਮ ਨੂੰ ਇਸ ਨੂੰ ਪੂਰਾ ਕੀਤਾ ਜਾ ਸਕੇ। ਅੱਜ ਇਸ ਬਾਰੇ ਅਸੀਂ ਗੱਲਬਾਤ ਕਰਨ ਦੇ ਲਈ ਸਾਡੇ ਸਟੂਡੀਓ ਦੇ ਵਿੱਚ WSO ਦੇ ਲੀਗਲ ਕੌਂਸਲ ਦੇ ਬਲਪ੍ਰੀਤ ਸਿੰਘ ਜੀ ਹਾਜ਼ਰ ਹੋਏ ਨੇ। ਬਲਪ੍ਰੀਤ ਸਿੰਘ ਜੀ ਤੁਹਾਡਾ ਨਿੱਘਾ ਸਵਾਗਤ PTC 'ਤੇ। ਧੰਨਵਾਦ ਜੀ। ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹਾਂਗਾ ਕਿ ਬਹੁਤ ਸਿਰ ਤੋਂ ਜਦੋਂ ਜਾਇਦ ਕੋਸ਼ਿਸ਼ ਕਰ ਰਹੇ ਨੇ ਅਤੇ ਹੁਣ ਜਿਹੜਾ ਇਹ ਮਸਲਾ ਕਿਵੇਂ ਸਾਹਮਣੇ ਆਇਆ ਤੁਹਾਡੇ ਜਿਹੜੀ ਆਪਾਂ ਗੱਲਬਾਤ ਹੁਣ ਕਰਨ ਜਾ ਰਹੇ ਹਾਂ ਹੁਣ ਇੱਕ ਵਾਰ ਫਿਰ ਉਹਨਾਂ ਰਿਫਿਊਜੀਆਂ ਦੀ ਗੱਲ ਚੱਲੀ ਆ ਕਿਉਂ ਚੱਲੀ ਆ? ਦੇਖੋ ਜੀ, ਹੁਣ ਇਹ ਥੋੜ੍ਹੇ ਚਿਰ ਪਹਿਲਾਂ ਅਹਿਮਦ ਹੁਸੈਨ ਜੋ ਇਮੀਗ੍ਰੇਸ਼ਨ ਮਿਨਿਸਟਰ ਹੈਗੇ ਨੇ ਉਹਨਾਂ ਨੇ ਅਨਾਊਂਸਮੈਂਟ ਕੀਤੀ ਆ ਕਿ ਵੀ ਜਿਹੜੀਆਂ ਐਪਲੀਕੇਸ਼ਨਾਂ 65 ਫੈਮਲੀ ਦੀਆਂ ਇਸ ਟਾਈਮ 'ਤੇ ਆਊਟਸਟੈਂਡਿੰਗ ਸੀਗੀਆਂ, ਪ੍ਰਾਈਵੇਟ ਸਪੋਂਸਰਸ਼ਿਪ ਫੈਮਲੀਆਂ ਜਿਹੜੀਆਂ ਸੀਗੀਆਂ ਉਹਨਾਂ ਦੀਆਂ ਐਪਲੀਕੇਸ਼ਨਾਂ ਮਨਜ਼ੂਰ ਹੋ ਚੁੱਕੀਆਂ ਨੇ ਅਤੇ ਉਹਨਾਂ ਨੇ ਇਹ ਅਨਾਊਂਸਮੈਂਟ ਕੀਤੀ ਸੀ ਕਿ ਆਉਣ ਵਾਲੇ ਸਾਲ ਪਹਿਲੇ ਹਿੱਸੇ ਦੇ ਵਿੱਚ ਇਹ ਫੈਮਲੀਆਂ ਕੈਨੇਡਾ ਪਹੁੰਚ ਜਾਣਗੀਆਂ, ਜੋ ਕਿ ਸਾਡੇ ਸਾਰਿਆਂ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ। ਦੇਖੋ ਜੀ, ਉਹਨਾਂ ਨੂੰ ਇੱਕ ਸਵਾਲ ਪੁੱਛਿਆ ਗਿਆ, ਸੋਨੀਆ ਸਿੱਧੂ ਜੋ ਬ੍ਰੈਂਪਟਨ ਸਾਊਥ ਦੇ MP ਹੈਗੇ ਨੇ ਉਹਨਾਂ ਨੇ ਸਵਾਲ ਪੁੱਛਿਆ ਅਤੇ ਇਸ ਦਾ ਉਹਨਾਂ ਨੇ ਜਵਾਬ ਦਿੱਤਾ। ਪਰ ਇਹਦੀ ਬੈਕਗਰਾਊਂਡ ਸਾਰਿਆਂ ਨੂੰ ਪਤਾ ਹੈ ਕਿ ਵੀ ਕਮਿਊਨਿਟੀ ਬਹੁਤ ਚਿਰ ਤੋਂ ਪ੍ਰੈਸ਼ਰ ਪਾ ਰਹੀ ਹੈ ਕਿ ਵੀ ਇਹ ਜਿਹੜੀਆਂ ਫਾਈਲਾਂ ਨੇ ਇਹ ਛੇਤੀ ਤੋਂ ਛੇਤੀ ਪ੍ਰੋਸੈਸ ਹੋਣ, ਕਿਉਂਕਿ ਮਤਲਬ ਹਜ਼ਾਰਾਂ ਦੀ ਗਿਣਤੀ ਵਿੱਚ ਹੋਰਾਂ ਦੇਸ਼ਾਂ ਤੋਂ ਰੈਫਿਊਜੀ ਆਏ ਨੇ ਅਤੇ ਸਾਡੇ ਤਾਂ ਸਿਰਫ ਸੈਂਕੜੇ ਹੀ ਨੇ ਅਤੇ ਤੁਸੀਂ ਇਹਨਾਂ ਦੀਆਂ ਪ੍ਰੋਸੈਸਿੰਗ ਟਾਈਮ ਜਿਹੜੇ ਹੈਗੇ ਨੇ ਇਹ ਛੇਤੀ ਤੋਂ ਛੇਤੀ ਫਿਨਿਸ਼ ਕਰੋ। ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਕਿ ਸੋਨੀਆ ਸਿੱਧੂ ਜੀ ਨੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਇਹ ਮਸਲਾ ਕਿਵੇਂ ਉਠਾਇਆ? Canada has a long history of resettling the world's most vulnerable refugees through the private sponsorship program. Thanks to Canadians coming together to help resettle the most vulnerable, the residents of Brampton South have raised the plight of Sikh and Hindu refugees from Afghanistan who have faced violence and persecution. The Buller Foundation has answered the call to help resettle this religious minority population through the private sponsorship program. Can the minister please update the house on the progress to resettle this privately sponsored refugees? Thank you. Minister of Immigration. Mr. Speaker, I want to thank the member from Brampton South for her strong advocacy on this issue. Now, Mr. Speaker, as you know, we've quadrupled the number of spaces available in the private sponsored refugee program as compared to the Conservatives. This has allowed us to reduce processing times, to reduce backlogs, to work closely with community sponsors like the Buller Foundation to resettle even more religious minorities. That is why I'm so happy to update this House that on the 30th anniversary of the passing of the late Honorable Manmeet Buller, that the approved families for resettlement will be arriving in Canada early in the new year. ਕਿੰਨੇ ਕੁ ਰਿਫਿਊਜੀ ਨੇ ਜਿਹੜੇ ਦਿੱਲੀ ਦੇ ਵਿੱਚ ਇਸ ਟਾਈਮ ਉਡੀਕ ਕਰ ਰਹੇ ਨੇ ਕੈਨੇਡਾ ਆਉਣ ਦੀ? ਸੋ ਤਕਰੀਬਨ 65 ਫੈਮਲੀਆਂ ਜਿਹੜੀਆਂ ਹੈਗੀਆਂ ਨੇ ਇੱਕ ਖਾਸ ਖੇਤਰ ਅਫਗਾਨਿਸਤਾਨ ਤੋਂ ਹੈਲਮਟ ਪ੍ਰੋਵਿੰਸ ਨੂੰ ਕਹਿੰਦੇ ਨੇ, ਉੱਥੋਂ ਆ ਕੇ ਖਡੂਰ ਸਾਹਿਬ ਪਹਿਲਾਂ ਵਸੇ ਸੀਗੇ ਅਤੇ ਉਸ ਤੋਂ ਬਾਅਦ ਉਹ ਜ਼ਿਆਦਾ ਦਿੱਲੀ ਪਹੁੰਚ ਚੁੱਕੇ ਨੇ। ਸੋ ਇਹ 65 ਫੈਮਲੀਆਂ ਤਕਰੀਬਨ 250 ਜੀ ਹੈਗੇ ਨੇ ਜਿਨ੍ਹਾਂ ਨੂੰ ਕੈਨੇਡੀਅਨ ਸਿੱਖਸ ਨੇ ਪ੍ਰਾਈਵੇਟਲੀ ਸਪੋਂਸਰ ਕੀਤਾ। ਸੋ ਆਪਣੇ ਖਰਚੇ ਦੇ ਉੱਤੇ ਉਹਨਾਂ ਨੂੰ ਕੈਨੇਡਾ ਲਿਆਂਦਾ ਜਾਊਗਾ ਜੀ। ਜੀ, ਤੁਹਾਨੂੰ ਕਿੰਨੀ ਕੁ ਵੱਡੀ ਸਫਲਤਾ ਲੱਗਦੀ ਹੈ ਇਹ ਕਿ ਕੈਨੇਡਾ ਸਰਕਾਰ, ਜੇ ਤੁਸੀਂ ਤੁਹਾਡੀ ਸੰਸਥਾ ਇਕੱਲੀ ਇਸ ਕੰਮ ਲਈ ਯਤਨ ਕਰ ਰਹੀ ਹੈ ਜਾਂ ਤੁਹਾਡੇ ਨਾਲ ਹੋਰ ਸੰਸਥਾਵਾਂ ਵੀ ਮਿਲੀਆਂ ਹੋਈਆਂ ਨੇ? ਦੇਖੋ ਜੀ, ਉਹਦਾ ਥੋੜ੍ਹਾ ਜਿਹਾ ਪਿਛੋਕੜ ਜੇ ਦੇਖੀਏ ਤਾਂ ਸਾਡੀ ਸੰਸਥਾ ਦਾ ਵਿੱਚ ਇਸ ਤਰ੍ਹਾਂ ਰੋਲ ਸੀ ਕਿ ਸਭ ਤੋਂ ਪਹਿਲਾਂ ਸਾਡੀ ਸੰਸਥਾ ਨਾਲ ਉਹ ਅਫਗਾਨਿਸਤਾਨ ਦੇ ਸਿੱਖਾਂ ਨੇ ਸੰਪਰਕ ਕੀਤਾ ਸੀ ਕਿ ਵੀ ਸਾਡੀ ਕਿਹੜੇ ਸਾਲ 'ਚ? ਇਹ ਜੀ 2014 ਦਸੰਬਰ ਦੀ ਗੱਲ ਆ। ਓਕੇ। ਸੋ ਵਟਸਐਪ ਦੇ ਉੱਤੇ ਮੈਨੂੰ ਫੋਨ 'ਤੇ ਮੈਸੇਜ ਆਏ ਸੀਗੇ ਕਿ ਸਾਡੀ ਮਦਦ ਕਰੋ, ਇੱਥੇ ਬਹੁਤ ਹਾਲਾਤ ਵਿਗੜ ਚੁੱਕੇ ਨੇ। ਅਤੇ ਅਸੀਂ ਉਸ ਟਾਈਮ 'ਤੇ ਜਿਹੜੇ MP ਸੀਗੇ ਉਹਨਾਂ ਨਾਲ ਗੱਲ ਕੀਤੀ
ਅਤੇ ਮਨਮੀਤ ਨਾਲ ਜਦੋਂ ਗੱਲ ਮੈਂ ਪਰਸਨਲੀ ਕੀਤੀ ਤਾਂ ਉਹ ਕਹਿੰਦਾ ਕਿ ਵੀ ਇਹੋ ਜਿਹੇ ਪ੍ਰੋਜੈਕਟ ਮੈਂ ਆਪ ਹੈਂਡਲ ਕਰਨਾ ਚਾਹੁੰਦਾ ਹਾਂ। ਅਤੇ ਉਸ ਤੋਂ ਬਾਅਦ ਪਹਿਲਾਂ ਮਿਨਿਸਟਰ ਸੀ, ਉਸ ਤੋਂ ਬਾਅਦ ਉਹ ਸਿਰਫ MLA ਰਹਿ ਕੇ ਉਹਦੀ ਸਰਕਾਰ ਮਤਲਬ ਵੋਟ ਆਊਟ ਹੋ ਗਈ। ਅਤੇ ਉਹਨੇ ਫਿਰ ਇਹ ਜਿਹੜੀ ਮੁਹਿੰਮ ਹੈਗੀ ਹੈ ਇਹ ਕਾਰਜ ਸ਼ੁਰੂ ਕੀਤਾ ਕਿ ਉੱਥੇ ਅਫਗਾਨਿਸਤਾਨ ਦੇ ਸਿੱਖਾਂ ਨੂੰ ਮਿਲਿਆ, ਅੰਮ੍ਰਿਤਸਰ ਉਹਨਾਂ ਨੂੰ ਸੱਦਿਆ ਅਤੇ ਉਹਨਾਂ ਨੂੰ ਇੱਕ ਇੱਕ ਪਰਿਵਾਰ ਕਰਕੇ ਉਹਨਾਂ ਦੇ ਪਾਸਪੋਰਟ ਬਣਵਾਏ, ਵੀਜ਼ੇ ਲਵਾਏ ਅਤੇ ਇੱਕ ਇੱਕ ਪਰਿਵਾਰ ਕਰਕੇ ਬਾਹਰ ਕੱਢੇ, ਕਿਉਂਕਿ ਇਕੱਠੇ ਕੱਢੇ ਵੀ ਨਹੀਂ ਸੀ ਜਾ ਸਕਦੇ, ਨਹੀਂ ਤਾਂ ਉਹਨਾਂ ਦੀ ਜਾਨਾਂ ਨੂੰ ਖਤਰਾ ਹੋ ਸਕਦਾ ਸੀ। ਸੋ ਇਹ ਜਿਹੜੇ ਪਹਿਲਾਂ ਸੀਗੇ, ਜਿਸ ਤਰ੍ਹਾਂ ਮੈਂ ਕਿਹਾ ਪਹਿਲਾਂ ਖਡੂਰ ਸਾਹਿਬ ਲਿਆਂਦੇ ਗਏ ਬਾਬਾ ਸੇਵਾ ਸਿੰਘ ਕੋਲ, ਅਤੇ ਬਾਬਾ ਸੇਵਾ ਸਿੰਘ ਨੇ ਉਹਨਾਂ ਦੀ ਬਹੁਤ ਜ਼ਿਆਦਾ ਮਤਲਬ ਸੰਭਾਲ ਕੀਤੀ ਹੈ। ਅਤੇ ਉਸ ਤੋਂ ਬਾਅਦ ਹੁਣ ਦਿੱਲੀ ਪਹੁੰਚੇ ਨੇ ਅਤੇ ਇੱਥੇ ਦੀਆਂ ਜਿਹੜੀਆਂ ਫੈਮਲੀਆਂ ਨੇ ਉਹਨਾਂ ਨੂੰ $25,000 ਪਲੈਜ ਕਰਕੇ ਤਕਰੀਬਨ $1 million ਤੋਂ ਵੱਧ ਜਿਹੜੇ ਪੈਸੇ ਹੈਗੇ ਨੇ ਕੈਨੇਡੀਅਨ ਸਿੱਖਸ ਨੇ ਪਲੈਜ ਕੀਤੇ ਨੇ, ਇੱਥੋਂ ਭੇਜੇ ਜਾ ਚੁੱਕੇ ਨੇ, ਪਲੈਜ ਕੀਤੇ ਨੇ ਕਿ ਅਸੀਂ ਮਤਲਬ ਅਕਾਊਂਟਾਂ ਜਦੋਂ ਉਹ ਇੱਥੇ ਆਉਣਗੇ ਉਹਨਾਂ ਵਾਸਤੇ ਵਰਤੇ ਜਾਣਗੇ ਅਤੇ ਅਲੱਗ ਪੈਸੇ ਜਿਹੜੇ ਹੈਗੇ ਨੇ ਉਹ ਉੱਥੇ ਉਹਨਾਂ ਦੀ ਸੰਭਾਲ ਵਾਸਤੇ ਵੀ ਭੇਜੇ ਜਾਂਦੇ ਰਹੇ ਨੇ, ਮਤਲਬ ਉਹਨਾਂ ਦੀਆਂ ਸਹੂਲਤਾਂ ਪੂਰੀਆਂ ਕਰਨ ਵਾਸਤੇ। ਜੀ ਅੱਛਾ ਬਲਬਲੀ ਸਿੰਘ ਜੀ, ਆਪਾਂ ਗੱਲਬਾਤ ਆਪਣੀ ਜਾਰੀ ਰੱਖਾਂਗੇ, ਪਰ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਅਸੀਂ ਹੋਰ ਵੀ ਗੱਲਬਾਤ ਕਰਾਂਗੇ ਇਸ ਸੰਬੰਧੀ, ਅਤੇ ਤੁਸੀਂ ਕਿਤੇ ਨਹੀਂ ਜਾਣਾ। ਬ੍ਰੇਕ ਤੋਂ ਬਾਅਦ ਅਸੀਂ ਇੱਕ ਵਾਰ ਫਿਰ ਆ ਜਾਣਾ, ਸਾਡੀ ਗੱਲਬਾਤ ਹੋ ਰਹੀ ਆ ਵਰਲਡ ਸਿੱਖ ਔਰਗੇਨਾਈਜੇਸ਼ਨ ਦੇ ਬਲਪ੍ਰੀਤ ਸਿੰਘ ਜੀ। ਅਸੀਂ ਗੱਲਬਾਤ ਕਰ ਰਹੇ ਹਾਂ ਅਫਗਾਨਿਸਤਾਨ ਦੇ ਸਿੱਖਾਂ ਅਤੇ ਹਿੰਦੂਆਂ ਬਾਰੇ ਜਿਹੜੇ ਰਿਫਿਊਜੀ ਹਿੰਦੁਸਤਾਨ ਦੇ ਵਿੱਚ ਬੈਠੇ ਨੇ। ਅਤੇ ਹੁਣ ਜਿਹੜੀ ਆ ਬਹੁਤ ਸਾਰੇ ਮੈਂ ਸੁਣਨ ਦੇ ਵਿੱਚ ਇਹ ਵੀ ਚਰਚਾ ਚੱਲਦੀ ਆ ਕਿ ਉਹ UNO ਤੋਂ ਦੇ ਰਜਿਸਟਰਡ ਰਿਫਿਊਜੀ ਨੇ, ਹਰ ਰਿਫਿਊਜੀ ਨੂੰ $400 US ਪ੍ਰਤੀ ਮਹੀਨਾ ਮਿਲ ਰਿਹਾ, ਇਹ ਸਹੀ ਆ ਗੱਲ ਜਾਂ ਵੈਸੇ ਅਫਵਾਹ ਨੇ? ਜੀ ਇਸ ਤਰ੍ਹਾਂ ਆ ਕਿ ਵੀ ਜਿਹੜਾ ਕੋਈ ਰੈਫਿਊਜੀ ਦਿੱਲੀ ਪਹੁੰਚਦਾ ਆ ਜੀ ਉਹਨੂੰ UN ਦੇ ਨਾਲ ਰਜਿਸਟਰ ਹੋਣਾ ਪੈਂਦਾ ਹੈ, ਕਿਉਂਕਿ ਜੇ ਕੈਨੇਡਾ ਲਿਆਉਣਾ ਉਹਨਾਂ ਨੂੰ ਪਹਿਲਾਂ ਉਹਨਾਂ ਦਾ UN ਰੈਫਿਊਜੀ ਕਾਰਡ ਬਣਨਾ ਲਾਜ਼ਮੀ ਹੈਗਾ। ਪਰ ਇਹ ਜਿਹੜੇ ਰੈਫਿਊਜੀ ਹੈਗੇ ਨੇ ਸਿੱਖ ਅਤੇ ਹਿੰਦੂ, ਇਹਨਾਂ ਨੂੰ ਕੋਈ ਮਹੀਨੇ ਦੇ$400 ਨਹੀਂ UN ਤੋਂ ਮਿਲ ਰਹੇ, ਇਹ ਇੱਕ ਤੁਸੀਂ ਅਫਵਾਹ ਸਮਝ ਸਕਦੇ ਹੋ। ਜਿਹੜੇ ਵੀ ਕੋਈ ਉਹਨਾਂ ਨੂੰ ਪੈਸੇ ਮਿਲ ਰਹੇ ਨੇ ਤਾਂ ਜਾਂ ਬਾਬਾ ਸੇਵਾ ਸਿੰਘ ਦੇ ਰਹੇ ਸੀਗੇ ਜਾਂ ਫਿਰ ਇੱਥੋਂ ਦੀਆਂ ਸੰਗਤਾਂ ਉਹਨਾਂ ਨੂੰ ਭੇਜ ਰਹੀਆਂ। ਜੀ ਪਿੱਛੇ ਦੇ ਜਦੋਂ ਸਾਡੇ ਪ੍ਰਾਈਮ ਮਿਨਿਸਟਰ ਗਏ, ਉਸ ਤੋਂ ਬਾਅਦ ਸਾਡੇ ਅਪੋਜੀਸ਼ਨ ਲੀਡਰ ਜਿਹੜੇ ਗਏ, ਅਤੇ ਉਹਨਾਂ ਨੇ ਵੀ ਜਿਹੜੇ ਸਾਡੇ MP ਸਿੱਖ MP ਸੀ ਉਹਨਾਂ ਨੇ ਵੀ ਉਹਨਾਂ ਨਾਲ ਮੁਲਾਕਾਤ ਕੀਤੀ ਬਾਅਦ ਦੇ ਵਿੱਚ, ਜਦੋਂ ਸਾਡੇ ਅਪੋਜੀਸ਼ਨ ਲੀਡਰ ਜਿਹੜੇ ਗਏ ਉਹਨਾਂ ਨਾਲ ਵੀ ਮੁਲਾਕਾਤ ਕੀਤੀ। ਦੋਨਾਂ ਮੁਲਾਕਾਤਾਂ 'ਚ ਤੁਸੀਂ ਕੀ ਫਰਕ ਸਮਝਦੇ ਹੋ ਜਿਹੜੇ ਉਹਨਾਂ ਨੂੰ ਮਿਲ ਕੇ ਆਏ, ਅਤੇ ਕਿਹੋ ਜਿਹਾ ਭਰੋਸਾ ਦਵਾਇਆ ਉਹਨਾਂ ਨੂੰ? ਦੇਖੋ ਜੀ ਕਿ ਵੀ ਬਹੁਤ ਵਧੀਆ ਗੱਲ ਆ ਕਿ ਪੋਲੀਟੀਸ਼ੀਅਨ ਨੂੰ ਮਿਲਦੇ ਰਹੇ ਨੇ, ਨਵਦੀਪ ਬੈਂਸ ਜੋ ਮਿਨਿਸਟਰ ਹੈਗੇ ਨੇ ਉਹ ਵੀ ਮਿਲੇ ਨੇ, ਅਤੇ ਰੂਬੀ ਸੋਤਾ ਵਗੈਰਾ ਉਹਨਾਂ ਦੇ ਨਾਲ ਜਿਹੜੇ MP ਸੀਗੇ ਜਦੋਂ ਹੁਣ ਸਪਰਿੰਗ ਦੇ ਵਿੱਚ ਗਏ ਸੀ ਉਦੋਂ ਵੀ ਮਿਲੇ ਨੇ, ਅਤੇ ਹੁਣ ਕ੍ਰਿਸ ਸ਼ੇਅਰ ਐਂਡਰੂ ਸ਼ੇਅਰ ਵੀ ਜਾ ਕੇ ਉਹਨਾਂ ਨੂੰ ਮਿਲੇ ਨੇ। ਬਹੁਤ ਵਧੀਆ ਗੱਲ ਹੈ ਜੀ। ਸੋ ਇਸ ਨਾਲ ਉਹਨਾਂ ਦੀ ਹੌਸਲਾ ਅਫਜ਼ਾਈ ਜਿਹੜੀ ਹੈਗੀ ਆ ਉਹ ਜ਼ਰੂਰ ਹੋਈ, ਪਰ ਜਿਹੜੀ ਪ੍ਰੋਸੈਸਿੰਗ ਸੀਗੀ ਉਹ ਕਾਫੀ ਮਤਲਬ ਆਪਣਾ ਟਾਈਮ ਲਾ ਕੇ ਚੱਲਦੀ ਰਹੀ ਹੈ। ਅਤੇ ਚਲੋ ਹੁਣ ਅਸੀਂ ਸਰਕਾਰ ਦਾ ਮਤਲਬ ਥੈਂਕ ਯੂ ਕਰਦੇ ਹਾਂ ਕਿ ਹੁਣ ਪ੍ਰੋਸੈਸਿੰਗ ਹੋ ਚੁੱਕੀ ਹੈ, ਪਰ ਕਾਫੀ ਟਾਈਮ ਲੱਗੇ। ਅੱਛਾ ਹਿੰਦੁਸਤਾਨ ਦੀ ਸਰਕਾਰ ਨੇ ਕਿਹੋ ਜਿਹਾ ਰੋਲ ਨਿਭਾਇਆ ਇਹਨਾਂ ਰਿਫਿਊਜੀਆਂ ਨੂੰ ਅਫਗਾਨਿਸਤਾਨ ਤੋਂ ਹਿੰਦੁਸਤਾਨ ਲਿਆਉਣ ਲਈ? ਦੇਖੋ ਜੀ ਜਿਹੜਾ ਇੰਡੀਆ ਹੈਗਾ ਆ ਉਹ ਜਿਹੜਾ ਰੈਫਿਊਜੀ ਟ੍ਰੀਟੀ ਜਿਹੜੀ ਹੈਗੀ ਆ, ਜਿਹੜਾ ਚਾਰਟਰ ਹੈਗਾ ਆ ਰੈਫਿਊਜੀਜ਼ ਦਾ, ਉਸਦਾ ਸਿਗਨੇਚਰ ਨਹੀਂ ਹੈਗਾ। ਸੋ ਇੰਡੀਆ ਰੈਫਿਊਜੀਜ਼ ਵਾਸਤੇ ਕੋਈ ਉਚੇਚਾ ਸਿਸਟਮ ਨਹੀਂ ਮਤਲਬ ਰੱਖਦਾ। ਇਸ ਤਰ੍ਹਾਂ ਮਤਲਬ ਜਿਹੜੇ ਰੋਹਿੰਗੀਆ ਰੈਫਿਊਜੀ ਆਏ ਨੇ ਬਰਮਾ ਤੋਂ ਭੱਜ ਕੇ, ਉਹ ਹੁਣ ਇੰਡੀਆ ਛੱਡ ਕੇ ਫਿਰ ਕਿਤੇ ਨਾ ਕਿਤੇ ਭੱਜਣ ਦੀ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਇੰਡੀਆ 'ਚ ਕੋਈ ਰੈਫਿਊਜੀ ਨੂੰ ਸਾਂਭਣ ਦਾ ਸਿਸਟਮ ਨਹੀਂ ਹੈਗਾ। ਨਹੀਂ ਸਿਸਟਮ ਤਾਂ ਨਹੀਂ, ਪਰ ਅਫਗਾਨਿਸਤਾਨ ਤੋਂ ਤਾਂ ਹਿੰਦੁਸਤਾਨ ਦੀ ਗੌਰਮੈਂਟ ਨੇ ਮਦਦ ਕੀਤੀ ਉਹਨਾਂ ਹਿੰਦੂਆਂ ਅਤੇ ਸਿੱਖਾਂ ਦੀ ਜਿਹੜੇ ਉੱਥੇ ਬੜੇ, ਮੈਂ ਸਮਝਦਾ ਕਿ ਇੱਕ ਤਰ੍ਹਾਂ ਨਾਲ ਇੱਕ ਅੱਤਵਾਦ ਦੇ ਵਿੱਚ ਘਿਰੇ ਹੋਏ ਸੀ ਉੱਥੇ। ਸੋ ਇਹ ਜ਼ਰੂਰ ਹੈਗਾ ਕਿ ਇੰਡੀਆ ਜਿਹੜਾ ਕੋਈ ਅਫਗਾਨਿਸਤਾਨ ਦਾ ਸਿੱਖ ਜਾਂ ਹਿੰਦੂ ਪਰਿਵਾਰ ਹੈਗਾ ਆ ਉਹਨਾਂ ਨੂੰ ਵੀਜ਼ੇ, ਵਿਜ਼ਟਰ ਵੀਜ਼ੇ ਜਿਹੜੇ ਹੈਗੇ ਨੇ ਇੰਡੀਆ ਦੇ ਉਹ ਜ਼ਰੂਰ ਦੇ ਦਿੰਦਾ ਆ ਬਿਨਾਂ ਕਿਸੇ ਖਾਸ ਪ੍ਰੋਬਲਮ ਤੋਂ। ਜੀ ਬਿਲਕੁਲ। ਚਲੋ ਫਿਰ ਵੀ ਅਸੀਂ ਕਹਿ ਸਕਦੇ ਹਾਂ ਕਿ ਹਿੰਦੁਸਤਾਨ ਦੀ ਸਰਕਾਰ ਨੇ ਉਹਨਾਂ ਦੀ ਮਦਦ ਕੀਤੀ, ਇਸ ਗੱਲ ਨਾਲ ਸਹਿਮਤ ਹੋ? ਬਿਲਕੁਲ ਜੀ, ਵਿਜ਼ਟਰ ਵੀਜ਼ੇ ਦੇਣ ਵਿੱਚ ਉਹਨਾਂ ਦੀ ਮਦਦ ਕੀਤੀ। ਚਲੋ ਵਿਜ਼ਟਰ ਵੀਜ਼ੇ ਤੋਂ ਬਿਨਾਂ ਉਹ ਇੰਟਰਵਿਊ ਨਹੀਂ ਹੋ ਸਕਦੇ, ਅਤੇ ਮਨਵੀਰ ਸਿੰਘ ਨਾਲ ਮੀਟਿੰਗਾਂ ਨਹੀਂ ਸੀ ਹੋਣੀਆਂ, ਉਹਨਾਂ ਲਈ ਆਉਣ ਦਾ ਰਾਹ ਨਹੀਂ ਸੀ ਖੁੱਲ੍ਹਣਾ। ਬਿਲਕੁਲ ਜੀ ਬਿਲਕੁਲ। ਅਤੇ ਮੇਰੇ ਖਿਆਲ ਦੇ ਵਿੱਚ ਅੱਛਾ ਮਨਵੀਰ ਸਿੰਘ ਭੁੱਲਰ ਜਿਹੜੇ ਸੀ ਉਹਨਾਂ ਨੇ ਇੱਕ ਤਹੀਆ ਕਰ ਲਿਆ ਸੀ ਕਿ ਮੈਂ ਉਹਨਾਂ ਨੂੰ ਲਿਆ ਕੇ ਇੱਥੇ ਹਟਾਂਗਾ, ਪਰ ਵਾਹਿਗੁਰੂ ਨੂੰ ਕੁਝ ਹੋਰ ਮਨਜ਼ੂਰ ਸੀ। ਅਤੇ ਉਸ ਤੋਂ ਬਾਅਦ ਇੱਕ ਤੁਸੀਂ ਫਾਊਂਡੇਸ਼ਨ ਕਾਇਮ ਕੀਤੀ, ਉਹ ਫਾਊਂਡੇਸ਼ਨ ਜਿਹੜੀ ਹੈ ਕੀ ਸੋਚ ਕੇ ਕੀਤੀ ਸੀ?
ਇਹ ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ ਜਿਹੜੀ ਹੈਗੀ ਆ ਇਹ ਮਨਮੀਤ ਦੀ ਫੈਮਿਲੀ ਨੇ ਮਤਲਬ ਕਾਇਮ ਕੀਤੀ ਸੀ ਅਤੇ ਬਾਕੀ ਜਿਹੜੀਆਂ ਸੰਸਥਾਵਾਂ ਨੇ ਗੁਰਦੁਆਰੇ ਕਮਿਊਨਿਟੀ ਸੰਸਥਾਵਾਂ ਉਹਨਾਂ ਨੇ ਉਹਨਾਂ ਦੀ ਪੂਰੀ ਸਪੋਰਟ ਕੀਤੀ ਹੈ ਸੋ ਇੱਕ ਚੈਰੀਟੇਬਲ ਇੱਕ ਰਜਿਸਟਰਡ ਇੱਕ ਇੰਸਟੀਟਿਊਸ਼ਨ ਹੈਗੀ ਹੈ ਜਿਹੜੀ ਇਹਨਾਂ ਰੈਫਿਊਜੀਜ਼ ਨੂੰ ਪ੍ਰਾਈਵੇਟਲੀ ਸਪੋਂਸਰ ਕਰਨ ਵਾਸਤੇ ਅੱਗੇ ਆਈ ਹੈ ਅਤੇ ਜਿਹੜੀ ਕਮਿਊਨਿਟੀ ਹੈਗੀ ਹੈ ਉਹਨਾਂ ਨੂੰ ਮਾਇਕ ਸਹਾਇਤਾ ਦਿੰਦੀ ਹੈ ਅਤੇ ਜਿਹੜੀ ਇਹ ਚੈਰੀਟੇਬਲ ਫਾਊਂਡੇਸ਼ਨ ਹੈਗੀ ਹੈ ਇਹਨਾਂ ਰੈਫਿਊਜੀਜ਼ ਨੂੰ ਸਪੋਂਸਰ ਕਰਦੀ ਹੈ। ਫਾਊਂਡੇਸ਼ਨ ਦੇ ਕਿੰਨੇ ਕੁ ਮੈਂਬਰ ਨੇ ਉੱਥੇ? ਇਹ ਜੀ ਇਹ ਉਹਨਾਂ ਦੀ ਫੈਮਿਲੀ ਦੀ ਫਾਊਂਡੇਸ਼ਨ ਹੈਗੀ। ਅੱਛਾ, ਸਿਰਫ ਇਹ ਜਿਹੜੀ ਫਾਊਂਡੇਸ਼ਨ ਆ ਉਹਨਾਂ ਦੇ ਪਰਿਵਾਰ ਦੀ ਆ, ਉਹਨਾਂ ਦੇ ਮੇਰੇ ਖਿਆਲ ਡੈਡੀ ਅਤੇ ਹੋਰ ਪਰਿਵਾਰਕ ਮੈਂਬਰ ਇਹਦਾ ਹਿੱਸਾ ਨਹੀਂ। ਪਰ ਤੁਹਾਡੀ ਵਰਲਡ ਸਿੱਖ ਔਰਗਨਾਈਜੇਸ਼ਨ ਤੋਂ ਇਲਾਵਾ ਗੁਰੂ ਘਰ ਸਾਹਿਬਾਨ ਹੋਰ ਪੰਥਕ ਜਥੇਬੰਦੀਆਂ ਉਹਨਾਂ ਦੀ ਮਦਦ ਕਰ ਰਹੀਆਂ ਨੇ, ਕਿਉਂਕਿ ਮਨਮੀਤ ਦੀ ਜਿਹੜੀ ਫੈਮਿਲੀ ਹੈਗੀ ਆ ਨੇ ਉਹਨਾਂ ਨੇ ਇਹਦੀ ਲੈਗਸੀ ਸਮਝ ਕੇ ਇਹਦਾ ਜਿਹੜਾ ਇੱਕ ਸੁਪਨਾ ਸੀਗਾ ਉਹ ਪੂਰਾ ਕਰਨ ਵਾਸਤੇ ਮਤਲਬ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ, ਪੱਲਿਓਂ ਆਪਣੇ ਪੈਸੇ ਪਾਏ ਨੇ ਅਤੇ ਮਤਲਬ ਜਿੱਥੇ ਵੀ ਸੱਦ ਲਓ ਮਨਮੀਤ ਦੇ ਜਿਹੜੇ ਡੈਡੀ ਹੈਗੇ ਨੇ ਉਹ ਉੱਥੇ ਪਹੁੰਚ ਜਾਂਦੇ ਨੇ। ਬਲਜਿੰਦਰ ਸਿੰਘ ਦੀ ਬਹੁਤ ਕੁਰਬਾਨੀ ਆਪਾਂ ਕਹਿ ਸਕਦੇ ਹਾਂ, ਸੋ ਉਹਨਾਂ ਦੀ ਮਦਦ ਵਾਸਤੇ ਜੋ ਅਸੀਂ ਕਰ ਸਕਦੇ ਸੀਗੇ ਭਾਵੇਂ ਪੋਲੀਟੀਕਲ ਐਡਵੋਕੇਸੀ ਭਾਵੇਂ ਪਬਲਿਕ ਐਡਵੋਕੇਸੀ ਅਸੀਂ ਉਹਨਾਂ ਦੀ ਨਾਲ ਮਤਲਬ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਕੀਤੀ ਹੈ। ਅੱਛਾ, ਜੇ ਆਪਾਂ ਦੇਖੀਏ 2014 ਤੋਂ ਤੁਹਾਡੀ ਸੰਸਥਾ ਜੁੜੀ ਹੋਈ ਆ, ਮਨਮੀਤ ਸਿੰਘ ਜੀ 15 ਜੁੜੇ, ਹਾਲਾਂਕਿ ਉਹ ਪੋਲੀਟੀਕਲੀ ਵਧੀਆ ਅਸਰ ਸੂਕ ਰੱਖਦੇ ਸੀ, ਉਹਨਾਂ ਨੇ ਬੜੀ ਭੱਜ ਨੱਠ ਕੀਤੀ, ਇੰਨੀ ਦੇਰ ਕਿਉਂ ਲੱਗ ਰਹੀ ਆ ਕੈਨੇਡਾ ਆਉਣ ਦੇ ਵਿੱਚ? ਜੇ ਅਜੇ ਵੀ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਸਾਹਿਬ ਨੇ ਅਹਿਮਦ ਹੁਸੈਨ ਜੀ ਨੇ ਕਿਹਾ ਕਿ 2019 'ਚ ਉਹ ਆ ਜਾਣਗੇ। ਸੋ ਗੱਲ ਇਸ ਤਰ੍ਹਾਂ ਹੈ ਕਿ ਵੀ ਉਹਨਾਂ ਦੀ ਜਿਹੜੀ ਪ੍ਰੋਸੈਸਿੰਗ ਹੁੰਦੀ ਹੈ ਨਾ ਪ੍ਰਾਈਵੇਟ ਰੈਫਿਊਜੀਜ਼ ਦੀ, ਉਹਦੇ ਵਿੱਚ ਕਾਫੀ ਟਾਈਮ ਲੱਗ ਜਾਂਦਾ ਹੈ। ਕਈ ਰੈਫਿਊਜੀ ਪ੍ਰਾਈਵੇਟਲੀ ਸਪੋਂਸਰਡ 7-7 ਸਾਲ ਉਹਨਾਂ ਦਾ ਪ੍ਰੋਸੈਸਿੰਗ ਟਾਈਮ ਹੁੰਦਾ ਹੈ। ਸੋ ਅਸੀਂ ਸਰਕਾਰ ਨੂੰ ਇਹੀ ਕਹਿ ਰਹੇ ਸੀ, 2016 ਦੇ ਵਿੱਚ ਅਸੀਂ ਟੈਸਟਮੋਨੀ ਕੀਤੀ ਸੀ ਇਮੀਗ੍ਰੇਸ਼ਨ ਕਮੇਟੀ ਸਾਹਮਣੇ ਕਿ ਵੀ ਜਿਹੜੇ ਇਹ ਅਫਗਾਨਿਸਤਾਨ ਦੇ ਰੈਫਿਊਜੀ ਨੇ ਇਹ ਵਲਨਰੇਬਲ ਨੇ, ਮਤਲਬ ਇਹਨਾਂ ਜਾਨਾਂ ਨੂੰ ਖਤਰਾ ਹੈਗਾ ਆ ਕਿ ਵੀ ਇਹਨਾਂ ਬਾਰੇ ਕੁਛ ਕੀਤਾ ਜਾਏ ਅਤੇ ਇਹਨਾਂ ਦੀ ਜਿਹੜੀ ਸਲਿਊਸ਼ਨ ਹੈਗੀ ਇੰਡੀਆ ਦੇ ਵਿੱਚ ਕੋਈ ਪੱਕੀ ਸਲਿਊਸ਼ਨ ਨਹੀਂ ਹੈਗੀ। ਸੋ ਮਤਲਬ 7 ਸਾਲ ਨਹੀਂ ਲੱਗੇ, ਤਕਰੀਬਨ 3 ਸਾਲ ਲੱਗੇ ਨੇ। ਸੋ ਟਾਈਮ ਜ਼ਰੂਰ ਲੱਗਿਆ, ਪਰ ਉਹਨਾਂ ਦੀਆਂ ਹੁਣ ਅਪਰੂਵਲਸ ਜਿਹੜੀਆਂ ਨੇ, ਮਿਨਿਸਟਰ ਹੁਸੈਨ ਨੇ ਕਹਿਤਾ ਕਿ ਅਪਰੂਵਲਸ ਹੋ ਚੁੱਕੀਆਂ ਨੇ। ਸੋ ਬਾਕੀ ਜਿਹੜਾ ਕਾਗਜ਼ੀ ਕਾਰਵਾਈ ਹੁੰਦੀ ਆ, ਮੈਡੀਕਲਸ ਕਰਾਉਣੇ, ਬੈਕਗਰਾਊਂਡ ਚੈੱਕਸ ਵਗੈਰਾ, ਉਹ ਹੁਣ ਫਾਈਨਲ ਸਟੈਪਸ 'ਤੇ ਹੁਣ ਪਹੁੰਚ ਚੁੱਕੇ ਨੇ ਅਤੇ ਉਮੀਦ ਹੈ ਪਹਿਲੇ 2-3 ਮਹੀਨੇ ਦੇ ਵਿੱਚ ਪਹੁੰਚ ਜਾਣਗੇ ਜੀ। ਅੱਛਾ, ਇਹ ਜਿਹੜੇ ਪਰਿਵਾਰ ਨੇ ਤੁਹਾਡੇ ਖਿਆਲ ਦੇ ਵਿੱਚ ਅਗਲੇ ਸਾਲ ਇੱਥੇ ਆ ਜਾਣਗੇ, ਉਹਨਾਂ ਦੇ ਆਉਣ ਤੋਂ ਪਹਿਲਾਂ ਤੁਹਾਡੇ ਵੱਲੋਂ ਜਿਹੜਾ 65 ਪਰਿਵਾਰ ਨੇ, ਹਾਂਜੀ 250 ਦੇ ਕਰੀਬ ਮੈਂਬਰ ਨੇ, ਕੀ ਤਿਆਰੀਆਂ ਕੀਤੀਆਂ ਨੇ ਤਾਂ ਕਿ ਉਹਨਾਂ ਨੂੰ ਆਉਂਦਿਆਂ ਨੂੰ ਇੱਥੇ ਵੀ ਕੋਈ ਮੁਸ਼ਕਲ ਨਾ ਆਵੇ? ਸੋ ਹਰੇਕ ਜਿਹੜੀ ਫੈਮਿਲੀ ਸਪੋਂਸਰ ਹੁੰਦੀ ਹੈ ਜੀ, ਉਹਨਾਂ ਦੀ 1 ਸਾਲ ਦੀ ਜ਼ਿੰਮੇਵਾਰੀ ਲੈਣੀ ਪੈਂਦੀ ਹੈ ਕਿ ਅਸੀਂ 1 ਸਾਲ ਦੇ ਵਿੱਚ ਉਹਨਾਂ ਨੂੰ ਰਹਿਣ ਸਹਿਣ ਦਾ ਜਿਹੜਾ ਸਾਰਾ ਖਰਚਾ ਹੈਗਾ ਆ ਉਹ ਅਸੀਂ ਦੇਵਾਂਗੇ, ਉਹ ਵੈਲਫੇਅਰ ਵਗੈਰਾ ਉੱਤੇ ਨਹੀਂ ਜਾਣ ਦੇਵਾਂਗੇ। ਸੋ ਹਰੇਕ ਪਰਿਵਾਰ ਨੂੰ 1 ਸਾਲ ਵਾਸਤੇ ਸਾਂਭਣ ਦੀ ਜਿਹੜੀ ਜ਼ਿੰਮੇਵਾਰੀ ਹੈਗੀ ਆ ਉਹ ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ ਨੇ ਵੀ ਲਈ ਹੈ ਅਤੇ ਪ੍ਰਾਈਵੇਟ ਫੈਮਿਲੀਜ਼ ਨੇ ਵੀ ਲਈਆਂ ਨੇ। ਸੋ ਉਹਨਾਂ ਵਾਸਤੇ ਰੈਂਟ ਵਾਸਤੇ ਘਰ, ਫਰਨੀਚਰ, ਕੱਪੜੇ, ਹੋਰ ਜਿਹੜੀ ਸਪੋਰਟਸ ਹੈਗੀਆਂ ਨੇ ਉਹ, ਕਿਉਂਕਿ ਜਿਹੜੇ ਉਹ ਬੱਚੇ ਨੇ ਨਾ ਉਹ ਕਦੇ ਸਕੂਲ ਨਹੀਂ ਗਏ, ਜਿਹੜੀਆਂ ਬੀਬੀਆਂ ਨੇ ਉਹਨੇ ਕਦੇ ਕੋਈ ਕੰਮ ਨਹੀਂ ਕੀਤਾ, ਘਰੋਂ ਬਾਹਰ ਨਹੀਂ ਗਈਆਂ, ਕਿਉਂਕਿ ਬੁਰਕਾ ਪਾ ਕੇ ਮਾੜਾ ਮੋਟਾ ਬਾਹਰ ਜਾਂਦੀਆਂ ਸੀ, ਪਰ ਉਹਨਾਂ ਦੀ ਕੋਈ ਜ਼ਿੰਦਗੀ ਨਹੀਂ ਸੀ ਅਫਗਾਨਿਸਤਾਨ। ਸੋ ਉਹਨਾਂ ਨੂੰ ਸਾਰਿਆਂ ਨੂੰ ਐਡਜਸਟ ਕਰਨ ਵਾਸਤੇ ਟਾਈਮ ਵੀ ਲੱਗੂਗਾ ਅਤੇ ਇਹ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਕਮਿਊਨਿਟੀ ਨੇ ਆਪ ਆਪਣੇ ਮੋਢੇ 'ਤੇ ਲਈ ਹੈ ਜੀ। ਅਸੀਂ ਗੱਲਬਾਤ ਕਰ ਰਹੇ ਹਾਂ ਬਲਪ੍ਰੀਤ ਜੀ ਨਾਲ, ਬ੍ਰੇਕ ਤੋਂ ਬਾਅਦ ਅਸੀਂ ਇਹਨਾਂ ਤੋਂ ਪੁੱਛਾਂਗੇ ਕਿ ਉਹ ਸਾਰੀਆਂ ਫੈਮਿਲੀਆਂ ਜਿਹੜੀਆਂ ਨੇ ਉਹ ਕੈਨੇਡਾ ਦੇ ਇੱਕੋ ਸ਼ਹਿਰ ਦੇ ਵਿੱਚ ਆਉਣਗੀਆਂ, ਜਾ ਕੇ ਉਹ ਵੱਖ ਵੱਖ ਭਾਗਾਂ ਦੇ ਵਿੱਚ ਜਾ ਕੇ ਉੱਥੇ ਰਹਿਣਗੀਆਂ, ਇਹ ਗੱਲ ਕਰਾਂਗੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਅਸੀਂ ਫਿਰ ਹਾਜ਼ਰ ਹਾਂ, ਸਾਡੀ ਗੱਲਬਾਤ ਅਫਗਾਨਿਸਤਾਨ ਦੇ ਸਿੱਖ ਅਤੇ ਹਿੰਦੂ ਰਿਫਿਊਜੀਆਂ ਦੇ ਬਾਰੇ 'ਚ ਹੋ ਰਹੀ ਹੈ। ਬਲਪ੍ਰੀਤ ਸਿੰਘ ਜੀ, ਮੈਂ ਜਾਣਨਾ ਚਾਹੁੰਦਾ ਕਿ ਜਦੋਂ ਉਹ 65 ਜਿਹੜੀਆਂ ਫੈਮਿਲੀਆਂ ਇੱਥੇ ਕੈਨੇਡਾ 'ਚ ਆਉਣਗੀਆਂ, ਤੁਸੀਂ ਜੋ ਰੇਂਜ ਸੋਚਿਆ ਜਾਂ ਤੁਹਾਡੇ ਮਨ ਦੇ ਵਿੱਚ ਆ, ਉਹਨਾਂ ਦੇ ਬੱਚੇ ਵੀ ਅਨਪੜ੍ਹ ਨੇ, ਖੁਦ ਵੀ ਅਨਪੜ੍ਹ ਨੇ, ਉਹਨਾਂ ਨੂੰ ਬਹੁਤ ਸਾਰੀ ਐਜੂਕੇਸ਼ਨ ਦੇਣ ਦੀ ਵੀ ਲੋੜ ਹੋਏਗੀ, ਉਹਨਾਂ ਨੂੰ ਮੋਰਲੀ ਸਪੋਰਟ ਦੇਣ ਦੀ ਵੀ ਲੋੜ ਹੋਏਗੀ, ਇਕਨੋਮਿਕਲੀ ਵੀ ਮਦਦ ਕਰਨ ਦੀ ਲੋੜ ਹੋਏਗੀ, ਤੁਹਾਡਾ ਕੀ ਇਰਾਦਾ ਜਾਂ ਤੁਸੀਂ ਕੀ ਪਲੈਨਿੰਗ ਬਣਾਈ ਆ ਕਿ ਉਹਨਾਂ ਨੂੰ ਕਿੱਥੇ ਇੱਕੋ ਸ਼ਹਿਰ ਦੇ ਵਿੱਚ ਰੱਖੋ ਜਾਂ ਵੱਖ ਵੱਖ ਸ਼ਹਿਰਾਂ 'ਚ ਜਾਣਗੇ? ਸੋ ਜਿਹੜੀਆਂ ਫੈਮਿਲੀਆਂ ਨੇ ਉਹ ਕੈਨੇਡਾ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਜਾ ਰਹੀਆਂ ਨੇ ਜੀ, ਸਰੀ ਦੇ ਵਿੱਚ ਵੀ ਜਾ ਰਹੀਆਂ ਨੇ, ਕਿੰਨੀਆਂ ਕੁ ਸਰੀ 'ਚ ਨੰਬਰ ਐਗਜੈਕਟਲੀ ਮੈਨੂੰ ਨਹੀਂ ਪਤਾ, ਪਰ ਕਲੋਨਾ, ਸਰੀ, ਕੈਲਗਰੀ, ਐਡਮਿੰਟਨ ਅਤੇ ਇੱਥੇ ਟੋਰਾਂਟੋ, ਇਹ ਸਾਰੇ ਸ਼ਹਿਰਾਂ ਦੇ ਵਿੱਚ ਇਹ ਫੈਮਿਲੀਆਂ ਪਹੁੰਚਣਗੀਆਂ ਅਤੇ ਉਹਨਾਂ ਨੂੰ ਇੱਥੇ ਐਡਜਸਟ ਕੀਤਾ ਜਾਊਗਾ ਜੀ। ਅੱਛਾ, ਉਹਨਾਂ ਦੇ ਜਿਹੜੇ ਸਾਰੇ ਕੀ ਇਹ ਜਿਹੜੇ 250 ਦੇ ਕਰੀਬ ਆਪਾਂ ਮੈਂਬਰ ਸਮਝ ਰਹੇ ਵੀ ਉੱਥੇ ਬੈਠੇ ਨੇ ਰਿਫਿਊਜੀ, ਅਫਗਾਨਿਸਤਾਨ ਦੇ ਵਿੱਚ ਕਿੰਨੇ ਕੁ ਹੋਰ ਸਿੱਖ ਬੈਠੇ ਨੇ ਜਾਂ ਹਿੰਦੂ ਬੈਠੇ ਨੇ ਜਿਹੜੇ ਅਜੇ ਵੀ ਉੱਥੇ ਘਿਰੇ ਹੋਏ ਨੇ?
ਇਹ ਤੁਹਾਡਾ ਬੜਾ ਅਹਿਮ ਸਵਾਲ ਆ ਅਤੇ ਅਸੀਂ ਕਾਫੀ ਚਿਰ ਤੋਂ ਇੱਕ ਜਿਹੜੀ ਔਥੈਂਟਿਕ ਲਿਸਟ ਹੈਗੀ ਆ ਉਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਉਹ ਹੁਣ ਬਣ ਚੁੱਕੀ ਆ। ਸਾਨੂੰ ਪਤਾ ਲੱਗਿਆ ਕਿ ਵੀ ਜਿਹੜਾ ਨੰਬਰ ਹੈਗਾ ਸਾਡੇ ਕੋਲ ਐਗਜੈਕਟ ਹੈਗਾ ਪਰ ਤੁਹਾਨੂੰ ਜਨਰਲੀ ਦੱਸਣ ਵਾਸਤੇ 1000 ਤੋਂ ਘੱਟ ਹਿੰਦੂ ਅਤੇ ਸਿੱਖ ਰਹਿ ਚੁੱਕੇ ਨੇ ਅਤੇ ਉਹਨਾਂ 'ਚ ਕਈ ਇਹੋ ਜਿਹੇ ਪਰਿਵਾਰ ਨੇ ਕਿ ਵੀ ਥੋੜ੍ਹੇ ਬਹੁਤੇ ਬਾਹਰ ਗਏ ਨੇ, ਥੋੜ੍ਹੇ ਬਹੁਤੇ ਹਾਲੇ ਉੱਥੇ ਹੀ ਨੇ, ਪਰ 1000 ਤੋਂ ਘੱਟ ਹਿੰਦੂ ਅਤੇ ਸਿੱਖ ਰਹਿ ਚੁੱਕੇ ਨੇ 3 ਸ਼ਹਿਰਾਂ ਦੇ ਵਿੱਚ, ਗਜ਼ਨੀ, ਜਲਾਲਾਬਾਦ ਅਤੇ ਕਾਬੁਲ। ਜੀ ਜੇ ਆਪਾਂ ਦੇਖੀਏ ਅਗਲੇ ਸਾਲ ਕੈਨੇਡਾ ਦੀਆਂ ਚੋਣਾਂ ਵੀ ਆ ਰਹੀਆਂ ਨੇ ਪਾਰਲੀਮੈਂਟ ਦੀਆਂ, ਕਈ ਵਾਰੀ ਆਪਾਂ ਦੇਖਦੇ ਹਾਂ ਪੋਲੀਟੀਸ਼ੀਅਨ ਜੋ ਕਹਿ ਰਹੇ ਨੇ ਤੁਹਾਨੂੰ ਕੀ ਪਤਾ ਵੀ ਡਾਕੂਮੈਂਟਸ ਉਹਨਾਂ ਦੇ ਸਾਰੇ ਜਿਹੜੇ ਨੇ ਉਹ ਤਿਆਰ ਹੋ ਗਏ ਨੇ, ਤੁਹਾਡੇ ਕੋਲ ਇਨਫੋਰਮੇਸ਼ਨ ਹੋਣੀ ਆ, ਬਾਕੀ ਤਿਆਰ ਹੋ ਗਏ ਨੇ ਜਾਂ ਸਿਰਫ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਸਾਹਿਬ ਨੇ ਇਲੈਕਸ਼ਨ ਮੁੱਖ ਰੱਖ ਕੇ ਜਾਂ, ਕਿਉਂਕਿ ਸਾਡੀ ਕਮਿਊਨਿਟੀ ਦਾ ਹਿੰਦੂਆਂ ਅਤੇ ਸਿੱਖਾਂ ਦਾ ਕੈਨੇਡਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਵੀ ਹੈ ਤਰੱਕੀ ਲਈ ਅਤੇ ਸਰਕਾਰਾਂ ਚੁਣਨ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਹੈ। ਕੀ ਤੁਹਾਨੂੰ ਲੱਗਦਾ ਵੀ ਇਹ ਬਿਲਕੁਲ ਜਿਵੇਂ ਉਹ ਦੱਸ ਰਹੇ ਨੇ ਉਸੇ ਸਮੇਂ ਅਨੁਸਾਰ ਪਹੁੰਚ ਜਾਣਗੇ ਜਾਂ ਕੋਈ ਦਿੱਕਤ ਤਾਂ ਨਹੀਂ ਆਏਗੀ? ਦੇਖੋ ਇਹ ਫਾਈਲ ਦੀ ਜਿਹੜੀ ਪ੍ਰੋਸੈਸਿੰਗ ਸੀ ਉਹ ਵੀ ਮਤਲਬ ਬੜੀ ਇੰਟੈਂਸਿਵ ਸੀ, ਸੋ ਸਾਨੂੰ ਪਤਾ ਲੱਗ ਰਿਹਾ ਸੀ ਫਾਈਲ ਦੀ ਪ੍ਰੋਸੈਸਿੰਗ ਕਿੱਥੇ ਪਹੁੰਚੀ ਹੈ। ਕਈ ਵਾਰ ਇਹ ਸਵਾਲ ਉਠਾਇਆ ਜਾਂਦਾ ਸੀ ਕਿ ਵੀ ਇਹ ਇੰਡੀਆ 'ਚ ਪਹੁੰਚ ਚੁੱਕੇ ਨੇ, ਇੰਡੀਆ 'ਚ ਕਿਉਂ ਨਹੀਂ ਸੈਟਲ ਕੀਤਾ ਜਾਂਦਾ ਇਹਨਾਂ ਨੂੰ, ਕਿ ਵੀ ਕੈਨੇਡਾ ਲਿਆਉਣ ਦੀ ਕੀ ਲੋੜ ਹੈਗੀ ਹੈ। ਸੋ ਇਹ ਸਾਰੇ ਸਵਾਲਾਂ ਦੇ ਸਾਨੂੰ ਜਵਾਬ ਦੇਣੇ ਪੈਂਦੇ ਸੀਗੇ ਸਮੇਂ ਸਿਰ। ਸੋ ਸਾਨੂੰ ਬੈਕਗਰਾਊਂਡ ਦੇ ਵਿੱਚ ਵੀ ਇਹੀ ਮਹਿਸੂਸ ਹੋਇਆ ਸੀ ਕਿ ਫਾਈਲਾਂ ਹੁਣ ਕਾਫੀ ਪ੍ਰੋਗਰੈਸ ਹੋ ਚੁੱਕੀਆਂ ਨੇ, ਸੋ ਮੈਨੂੰ ਨਹੀਂ ਲੱਗਦਾ ਕਿ ਵੀ ਸਰਕਾਰ ਬਸ ਐਵੇਂ ਇੱਕ ਸ਼ੋਸ਼ਾ ਛੱਡ ਰਹੀ ਹੈ, ਮੈਨੂੰ ਲੱਗਦਾ ਵਾਕਈ ਉਹ ਫਾਈਲਾਂ ਕੰਪਲੀਟ ਨੇ। ਪਰ ਦੂਸਰੀ ਗੱਲ ਕਿ ਵੀ ਸਿੱਖਾਂ ਨੇ ਜੁਲਾਈ ਦੇ ਮਹੀਨੇ ਦੇ ਵਿੱਚ ਜਦੋਂ ਉੱਥੇ ਸੂਸਾਈਡ ਬੋਮਿੰਗ ਹੋਈ ਸੀ ਉਹ ਇਹ ਮੰਗ ਉਠਾਈ ਸੀ ਕਿ ਜਿਹੜੇ ਉੱਥੇ ਰਹਿ ਰਹੇ ਪਰਿਵਾਰ ਨੇ ਜਿਹੜੇ ਅਫਗਾਨਿਸਤਾਨ ਦੇ ਵਿੱਚ ਖਤਰਾ ਆਪਣੇ ਮਤਲਬ ਸਿਰ 'ਤੇ ਉਹ ਸਾਇਆ ਰਹਿੰਦਾ ਹੀ ਹੈ ਉਹਨਾਂ 'ਤੇ, ਕਿ ਉਹਨਾਂ ਬਾਰੇ ਵੀ ਕੁਛ ਕੀਤਾ ਜਾਏ, ਕਿਉਂਕਿ ਪਹਿਲਾਂ ਕੈਨੇਡਾ ਨੇ ਸੀਰੀਆ ਵਾਸਤੇ ਅਤੇ ਹੋਰ ਜਗ੍ਹਾ ਵਾਸਤੇ ਡਾਇਰੈਕਟ ਸਪੋਂਸਰਸ਼ਿਪ ਪ੍ਰੋਗਰਾਮ ਜਿਹੜੇ ਕੀਤੀ 25,000 ਇਕੱਠੇ ਰੈਫਿਊਜੀ ਆਏ ਉੱਥੋਂ, 25,000 ਸਰਕਾਰ ਨੇ ਲਿਆਂਦੇ ਅਤੇ 25,000 ਪ੍ਰਾਈਵੇਟ ਸੀ, 50,000 ਰੈਫਿਊਜੀ ਜਿਹੜੇ ਨੇ ਸੀਰੀਆ ਤੋਂ ਆਏ ਨੇ ਅਤੇ ਸਾਡੇ ਤਕਰੀਬਨ ਮਤਲਬ 1,000 ਤੋਂ ਘੱਟ ਨੇ, ਕਿ ਇਹਨਾਂ ਵਾਸਤੇ ਕੋਈ ਨਾ ਕੋਈ ਪ੍ਰੋਗਰਾਮ ਬਣਾਇਆ ਜਾਏ। ਅਤੇ ਅਸੀਂ ਸਰਕਾਰ ਨੂੰ ਇਹ ਮੰਗ ਅਸੀਂ ਫੋਰਮਲੀ ਕਰ ਚੁੱਕੇ ਹਾਂ ਅਤੇ ਅਸੀਂ ਉਡੀਕ ਕਰ ਰਹੇ ਹਾਂ ਕਿ ਸਰਕਾਰ ਇਸ ਬਾਰੇ ਕੀ ਕਰੂਗੀ। ਅਤੇ ਆਪਾਂ ਜੇ ਦੇਖੀਏ ਅਫਗਾਨਿਸਤਾਨ ਦੇ ਵਿੱਚ ਜਿਹੜੇ ਸਿੱਖ ਆਗੂ ਉਹਨਾਂ ਦਾ ਕਤਲ ਕੀਤਾ ਗਿਆ, ਉਸ ਤੋਂ ਬਾਅਦ ਸਰਕਾਰ ਨੇ ਕੋਈ ਤੇਜ਼ੀ ਨਹੀਂ ਵਰਤੀ ਜਿਵੇਂ ਤੁਸੀਂ ਹੁਣ ਗੱਲ ਕਰਕੇ ਰਹੇ ਹੋ, ਕਿੰਨਾ ਕੁ ਉਹਦੇ ਨਾਲ ਫਰਕ ਪਿਆ ਕੋਈ ਸਰਕਾਰ 'ਤੇ ਕਿ ਉਹਨਾਂ ਨੂੰ ਜਲਦੀ ਲਿਆਂਦਾ ਜਾਵੇ, ਕਿਉਂਕਿ ਬਾਕੀ ਵੀ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਬੱਚੇ ਬਣੇ ਬੜੇ ਡਰੇ ਹੋਏ ਨੇ। ਬਿਲਕੁਲ ਜੀ, ਸੋ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਦੋਂ ਜੁਲਾਈ ਦੇ ਵਿੱਚ ਸੂਸਾਈਡ ਬੋਮਿੰਗ ਹੋਈ ਤਾਂ ਤਕਰੀਬਨ ਸਾਰੀ ਦੀ ਸਾਰੀ ਅਫਗਾਨਿਸਤਾਨ ਦੇ ਸਿੱਖਾਂ ਅਤੇ ਹਿੰਦੂਆਂ ਦੀ ਲੀਡਰਸ਼ਿਪ ਉਸ ਬੋਮਿੰਗ ਦੇ ਵਿੱਚ ਖਤਮ ਹੋ ਗਈ। ਵੱਡੇ ਜਿਹੜੇ ਗੁਰਦੁਆਰਿਆਂ ਦੇ ਪ੍ਰਧਾਨ ਸੀਗੇ, ਕਮਿਊਨਿਟੀ ਲੀਡਰ ਸੀਗੇ, ਸਾਰੇ ਉੱਥੇ ਪ੍ਰੈਜੀਡੈਂਟ ਨੂੰ ਮਿਲਣ ਜਾ ਰਹੇ ਸੀ ਅਤੇ ਇੱਕ ਸੂਸਾਈਡ ਬੋਮਿੰਗ 'ਚੋਂ ਸਾਰੇ ਖਤਮ ਕਰਤੇ। ਸੋ ਜਿਹੜੇ ਰਹਿ ਗਏ ਨੇ ਉਹ ਮਤਲਬ ਬਹੁਤ ਜ਼ਿਆਦਾ ਡਰੇ ਹੋਏ ਨੇ ਅਤੇ ਉਹਨਾਂ ਦੀ ਕੋਈ ਲੀਡਰਸ਼ਿਪ ਵੀ ਨਹੀਂ ਹੈਗੀ। ਸੋ ਉਹਨਾਂ ਵਾਸਤੇ ਕੁਛ ਕਰਨਾ ਬੜਾ ਜ਼ਰੂਰੀ ਸੀ ਅਤੇ ਆਈ ਥਿੰਕ ਸਰਕਾਰ 'ਤੇ ਵੀ ਇਸ ਚੀਜ਼ ਦਾ ਅਸਰ ਪਿਆ, ਕਿਉਂਕਿ ਕਮਿਊਨਿਟੀ ਨੇ ਉਸ ਟਾਈਮ 'ਤੇ ਬਹੁਤ ਚਿੱਠੀਆਂ ਲਿਖੀਆਂ MPਾਂ ਨੂੰ, ਆਪਣਾ ਮਤਲਬ ਪੱਖ ਸਾਹਮਣੇ ਰੱਖਿਆ ਕਿ ਵੀ ਇਹ ਛੇਤੀ ਤੋਂ ਛੇਤੀ ਲਿਆਂਦੇ ਜਾਣ, ਅਤੇ 50 ਤੋਂ ਵੱਧ ਗੁਰਦੁਆਰਿਆਂ ਨੇ ਅਤੇ ਸਿੱਖ ਸੰਸਥਾਵਾਂ ਨੇ ਪ੍ਰੈਸ ਕਾਨਫਰੰਸਾਂ ਕਰਕੇ ਸਰਕਾਰ ਨੂੰ ਇਹ ਰਿਕੁਐਸਟ ਕੀਤੀ ਸੀ ਕਿ ਇਹਨਾਂ ਨੂੰ ਬਚਾਉਣ ਵਾਸਤੇ ਸਟੈਪ ਲਏ ਜਾਣ। ਅੱਛਾ, ਅਖੀਰ ਦੇ ਵਿੱਚ ਤੁਸੀਂ ਆਪਣੇ ਵੱਲੋਂ ਕੀ ਕਹਿਣਾ ਚਾਹੋਗੇ ਸਾਡੇ ਮੈਂਬਰ ਪਾਰਲੀਮੈਂਟ, ਜਿਹੜੇ ਸਾਡੇ ਸਿੱਖ ਮੈਂਬਰ ਪਾਰਲੀਮੈਂਟ ਨੇ ਅਤੇ 17 ਦੇ ਕਰੀਬ ਨੇ, ਅਤੇ ਖਾਸ ਕਰਕੇ ਸੋਨੀਆ ਸਿੱਧੂ ਜਿਨ੍ਹਾਂ ਨੇ ਮਸਲਾ ਪਾਰਲੀਮੈਂਟ ਦੇ ਵਿੱਚ ਆਇਆ, ਜਿਸ ਕਰਕੇ ਆਪਾਂ ਅੱਜ ਬੈਠੇ ਹਾਂ ਇੱਥੇ ਉਸ 'ਤੇ ਡਿਸਕਸ ਕਰ ਰਹੇ ਹਾਂ। ਸਾਡੇ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ ਉਹਨਾਂ ਦੇ ਸਵਾਲ ਦਾ ਜਵਾਬ ਦੇ ਕੇ ਇਸ ਗੱਲ ਨੂੰ ਇੱਕ ਵਧੀਆ ਸਾਨੂੰ ਹੁੰਗਾਰਾ ਮਿਲਿਆ ਉਹਨਾਂ ਦੇ ਕੋਲੋਂ, ਕੀ ਕਹਿਣਾ ਚਾਹੋਗੇ ਉਹਨਾਂ ਸਾਰਿਆਂ ਨੇ? ਸੋ ਇਹ ਜੋ ਸਭ ਕੁਝ ਹੋਇਆ ਇਹ ਕਮਿਊਨਿਟੀ ਦੇ ਪ੍ਰੈਸ਼ਰ ਦੇ ਨਾਲ ਹੀ ਹੋਇਆ। ਕਮਿਊਨਿਟੀ ਨੇ ਆਵਾਜ਼ ਉਠਾਈ ਇਹਨਾਂ ਗਰੀਬਾਂ ਵਾਸਤੇ ਅਤੇ ਸਰਕਾਰ ਨੇ ਇਸਦਾ ਨੋਟਿਸ ਲਿਆ। ਸੋ ਹੁਣ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਆਪਾਂ ਜਿਹੜੇ 700 ਜਾਂ 800 ਜਾਂ 1000 ਤੱਕ ਜਿਹੜੇ ਉੱਥੇ ਰੈਫਿਊਜੀ ਰਹਿੰਦੇ ਨੇ ਹਲੇ ਅਫਗਾਨਿਸਤਾਨ ਦੇ ਵਿੱਚ, ਉਹਨਾਂ ਵਾਸਤੇ ਹਾਂ ਦਾ ਨਾਰਾ ਮਾਰੀਏ ਕਿ ਉਹਨਾਂ ਵਾਸਤੇ ਵੀ ਕੁਝ ਕੀਤਾ ਜਾਏ, ਕਿਉਂਕਿ ਜਿਹੜੇ ਇੰਡੀਆ ਪਹੁੰਚ ਚੁੱਕੇ ਨੇ ਉਹਨਾਂ ਦੀ ਜਾਨ ਨੂੰ ਇੰਨਾ ਖਤਰਾ ਨਹੀਂ ਸੀ, ਪਰ ਜਿਹੜੀਆਂ ਜਿਹੜੇ ਉੱਥੇ ਰਹਿ ਰਹੇ ਨੇ ਤਕਰੀਬਨ 1000 ਤੋਂ ਘੱਟ ਰਹਿ ਗਏ ਨੇ, ਉਹਨਾਂ ਵਾਸਤੇ ਕੈਨੇਡੀਅਨ ਸਰਕਾਰ ਨੂੰ ਕੋਈ ਪ੍ਰੋਗਰਾਮ ਇਹੋ ਜਿਹਾ ਜ਼ਰੂਰ ਬਣਾਉਣਾ ਚਾਹੀਦਾ ਹੈ ਅਤੇ ਇਸ ਸਰਕਾਰ ਕੋਲ ਇਹ ਸਾਰੀ ਕਮਿਊਨਿਟੀ ਦੀ ਇਹ ਮੰਗ ਹੈਗੀ ਹੈ ਅਤੇ ਸਾਡੇ MP ਵੀ ਇਸ ਬਾਰੇ ਕੁਛ ਨਾ ਕੁਛ ਕਰ। ਇਹ ਸਾਬਤ ਵੀ ਹੋ ਗਿਆ ਜੁਲਾਈ ਦੇ ਵਿੱਚ ਆਪਾਂ ਦੇਖੀਏ ਅਫਗਾਨਿਸਤਾਨ ਦੇ ਮਨੁੱਖੀ ਬੰਬ ਦੇ ਨਾਲ ਜਿਹੜੇ ਮੇਨ ਲੀਡਰ ਸੀ ਉੱਥੇ ਜਿਹੜੇ ਜਾ ਰਹੇ ਸੀ ਉੱਥੇ ਰਾਸ਼ਟਰਪਤੀ ਨੂੰ ਮਿਲਣ ਵਾਸਤੇ, ਉਹ ਬੰਬ ਦੇ ਨਾਲ ਧਮਾਕੇ ਨਾਲ ਉਡਾ ਦਿੱਤੇ ਗਏ। ਇੱਕ ਬਹੁਤ ਅਹਿਮ ਇੱਕ ਇੰਟਰਨੈਸ਼ਨਲ ਮੈਗਜ਼ੀਨ ਹੈਗਾ ਆ ਜੀ, ਉਸ ਨੇ ਅਫਗਾਨਿਸਤਾਨ ਦੇ ਮਾਈਨੋਰਟੀਜ਼ ਦੇ ਉੱਤੇ ਇੱਕ ਆਰਟੀਕਲ ਛਾਪਿਆ ਸੀ ਜੀ। ਉਸ ਆਰਟੀਕਲ ਦੇ ਵਿੱਚ ਇੱਕ ਮਾਈਨੋਰਟੀ ਗਰੁੱਪ ਹਜ਼ਾਰਾ ਨੇ ਕਿਹਾ ਸੀ ਕਿ ਵੀ ਮਾਈਨੋਰਟੀ ਹੋਣਾ ਅਫਗਾਨਿਸਤਾਨ ਦੇ ਵਿੱਚ ਨਰਕ ਆ, ਪਰ ਸਿੱਖ ਹੋਣਾ ਨਰਕ ਦਾ ਸਭ ਤੋਂ ਲੋਐਸਟ ਸਰਕਲ ਜਿਹਨੂੰ ਕਹਿੰਦੇ ਆ ਉੱਥੇ ਹੋਣਾ ਆ, ਕਿ ਵੀ ਸਾਡਾ ਤਾਂ ਨਰਕ ਹੈਗਾ ਆ ਪਰ ਸਿੱਖ ਤਾਂ ਸਭ ਤੋਂ ਭੈੜੇ ਨਰਕ 'ਚ ਨੇ। ਅੱਛਾ, ਉਹਨਾਂ ਤੋਂ ਮੈਨੂੰ ਪਤਾ ਲੱਗਿਆ ਉੱਥੇ ਜਜ਼ੀਆ ਵਗੈਰਾ ਵੀ ਇਹ ਵਸੂਲ ਕੀਤਾ ਜਾਂਦਾ ਸੀ, ਜਿਹੜੇ ਪਰਿਵਾਰ ਉੱਥੇ ਆਏ ਨੇ ਜਾਂ ਜਿਹੜੇ ਰਹਿ ਵੀ ਰਹੇ ਨੇ
ਜਜ਼ਿਆ ਉਹਨਾਂ ਦੇ ਉੱਤੇ ਲਾਇਆ ਜਾਂਦਾ ਆ, ਉਹਨਾਂ ਤੋਂ ਇਹ ਜ਼ਬਰਦਸਤੀ ਲਿਆ ਜਾਂਦਾ ਆ, ਉਹਨਾਂ ਦੀਆਂ ਜਿਹੜੀਆਂ ਜਾਨਾਂ ਨੇ ਉਹ ਖਤਰੇ 'ਚ ਹੁੰਦੀਆਂ ਨੇ, ਐਕਸਟੋਰਸ਼ਨ ਬਰਾਈਬਰੀ ਸਭ ਕੁਛ ਉੱਥੇ ਚੱਲ ਰਿਹਾ, ਅਤੇ ਉੱਥੇ ਜਿਹੜੇ ਬੀਬੀ ਅਤੇ ਬੱਚੇ ਨੇ ਉਹ ਬਾਹਰ ਵੀ ਨਹੀਂ ਜਾ ਸਕਦੇ, ਸੋ ਉਹਨਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਨੇ ਉਹ ਤਕਰੀਬਨ ਨਰਕ ਦੇ ਬਰਾਬਰ ਨੇ, ਲਗਾਤਾਰ ਉਹਨਾਂ 'ਤੇ ਖਤਰਾ ਹੁੰਦਾ ਆ, ਸੋ ਉਹਨਾਂ ਬਾਰੇ ਕੁਛ ਸਾਨੂੰ ਕਰਨਾ ਚਾਹੀਦਾ ਹੈ ਜੀ। ਬਲਪ੍ਰੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢ ਕੇ ਸਾਡੇ ਸਟੂਡੀਓ 'ਚ ਆਏ, ਬਹੁਤ ਸਾਰੀ ਜਾਣਕਾਰੀ ਦਿੱਤੀ। ਆਸ ਕਰਦੇ ਹਾਂ ਕਿ ਤੁਸੀਂ ਇਹ ਜਿਹੜੇ ਕੰਮ ਦਾ ਵੀੜਾ ਚੁੱਕਿਆ ਮਨਮੀਤ ਸਿੰਘ ਭੁੱਲਰ, ਉਹਨਾਂ ਨੇ ਜੋ ਉਹਨਾਂ ਦੇ ਦਿਲ ਦੇ ਵਿੱਚ ਖਿਆਲ ਸੀ, ਜੋ ਉਹਨਾਂ ਨੇ ਮਿਥਿਆ ਸੀ, ਜੋ ਉਹਨਾਂ ਦਾ ਅਧੂਰਾ ਕੰਮ ਹੈ, ਉਹਨੂੰ ਤੁਸੀਂ ਕਰਨ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਹੋ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ। ਇਹ ਸੀ ਸਾਡੀ ਗੱਲਬਾਤ ਬਲਪ੍ਰੀਤ ਸਿੰਘ ਦੀ ਨਾਲ, ਜਿਹੜੇ ਕਿ ਵਰਲਡ ਸਿੱਖ ਔਰਗਨਾਈਜੇਸ਼ਨ ਵੱਲੋਂ ਦੇ ਲੀਗਲ ਕੌਂਸਲ ਨੇ, ਅਤੇ ਸਾਡੇ ਸਟੂਡੀਓ ਦੇ ਵਿੱਚ ਆਏ। ਅਸੀਂ ਆਸ ਕਰਦੇ ਹਾਂ ਕਿ ਜਿਹੜੇ ਰਿਫਿਊਜੀ ਅਫਗਾਨਿਸਤਾਨ ਤੋਂ ਭਾਰਤ ਦੇ ਵਿੱਚ ਬੈਠੇ ਨੇ, ਉਹ ਬਹੁਤ ਜਲਦੀ ਕੈਨੇਡਾ ਗੌਰਮੈਂਟ ਇੱਥੇ ਉਹਨਾਂ ਨੂੰ ਬੁਲਾ ਲਏਗੀ। ਬਾਕੀ ਦੇ ਵੀ ਜਿਸ ਤਰ੍ਹਾਂ ਇਹਨਾਂ ਦੱਸਿਆ, ਜਿਹੜੇ ਪਰਿਵਾਰ ਉੱਥੇ ਬੈਠੇ ਨੇ, ਅਤੇ ਉਹ ਪਰਿਵਾਰਾਂ ਨੂੰ ਵੀ ਵਾਪਸ ਇੱਥੇ ਲਿਆਉਣ ਲਈ ਸਾਡੇ ਭਾਈਚਾਰੇ ਦਾ ਫਰਜ਼ ਬਣਦਾ ਕਿ ਅਸੀਂ ਸਾਰੇ ਮੋਢੇ ਨਾਲ ਮੋਢਾ ਜੋੜ ਕੇ, ਸਾਡੇ ਲੀਡਰ ਸਾਹਿਬਾਨ ਜਿਹੜੇ ਸਾਡੇ MPP ਨੇ ਜਾਂ ਸਾਡੇ ਕੈਬਨਿਟ ਮੰਤਰੀ ਨੇ, ਅਸੀਂ ਸਾਰੇ ਰਲ ਮਿਲ ਕੇ ਇਸ ਕਾਰਜ ਨੂੰ ਜੋ ਮਨਮੀਤ ਸਿੰਘ ਭੁੱਲਰ ਨੇ ਮਿਥਿਆ ਸੀ ਉਹਨੂੰ ਪੂਰਾ ਕਰੀਏ, ਅਤੇ ਅਸੀਂ ਆਪਣੇ ਵੱਲੋਂ ਖਾਸ ਕਰਕੇ PTC ਵੱਲੋਂ ਮਨਮੀਤ ਸਿੰਘ ਭੁੱਲਰ ਜਿਹੜੀ ਫਾਊਂਡੇਸ਼ਨ ਬਣੀ ਆ, ਉਹਨਾਂ ਦੇ ਪਰਿਵਾਰ ਦੇ ਬਹੁਤ ਰਿਣੀ ਆ ਜਿਹੜੇ ਅਜਿਹਾ ਜਿਹੜਾ ਕੰਮ ਕਰ ਰਹੇ ਨੇ, ਮੈਂ ਸਮਝਦਾ ਕਿ ਬਹੁਤ ਹੀ ਭਲੇ ਦਾ ਕੰਮ ਆ। ਇਹਦੇ ਨਾਲ ਮਨਮੀਤ ਸਿੰਘ ਭੁੱਲਰ ਨੂੰ ਅਸੀਂ ਹਰ ਵਾਰ ਚੇਤੇ ਕਰਦੇ ਹਾਂ, ਉਹਨਾਂ ਦੇ ਕੀਤੇ ਕੰਮਾਂ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਚੇਤੇ ਕਰਦੀਆਂ ਰਹਿਣਗੀਆਂ। ਇਸਦੇ ਨਾਲ ਹੀ ਅਮਰ ਸਿੰਘ ਭੁੱਲਰ ਨੂੰ ਅੱਜ ਦਾ ਪ੍ਰੋਗਰਾਮ ਸਮਾਪਤ ਕਰਨ ਦੀ ਇਜਾਜ਼ਤ ਦਿਓ। ਅਗਲੇ ਹਫ਼ਤੇ ਅਸੀਂ ਕਿਸੇ ਹੋਰ ਮਹਿਮਾਨ ਦੇ ਨਾਲ ਫਿਰ ਇਸੇ ਪ੍ਰੋਗਰਾਮ 'ਤੇ ਆਵਾਂਗੇ ਨਵਾਂ ਵਿਸ਼ਾ ਲੈ ਕੇ। ਧੰਨਵਾਦ।